ਇਹਨਾਂ ਖਬਰਾਂ ਦੇ ਪ੍ਰਯੋਜਕ ਹਨ। ਗਿਲਕੋ ਗਰੁੱਪ ਮੋਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ। ਬਟਾਲਾ ਦੇ ਪੰਜਗਰਾਈਆਂ ਵਿਖੇ ਇੱਕ ਸਰਕਾਰੀ ਸਕੂਲ ਦੀ ਅਧਿਆਪਿਕਾ ਤੇ ਸਕੂਲ ਵਿੱਚੋਂ ਹੀ ਪੜ੍ਹ ਕੇ ਗਏ ਇੱਕ ਸਾਬਕਾ ਵਿਦਿਆਰਥੀ ਵੱਲੋਂ ਕਾਤਲਾਨਾ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਸਕੂਲ ਅਧਿਆਪਿਕਾ ਦੀ ਪਹਿਚਾਣ ਸੰਤੋਸ਼ ਰਾਣੀ ਦੇ ਰੂਪ ਵਿੱਚ ਹੋਈ ਹੈ, ਜੋ ਕਿ ਸਰਕਾਰੀ ਹਾਈ ਸਕੂਲ ਅੱਡਾ ਪੰਜਗਰਾਈਆਂ ਵਿਖੇ ਗਣਿਤ ਦੀ ਅਧਿਆਪਕ ਹੈ। ਹਮਲੇ ਵਿੱਚ ਗੰਭੀਰ ਜ਼ਖਮੀ ਅਧਿਆਪਿਕਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਅੱਡਾ ਪੰਜਗਰਾਈਆਂ ਦੀ ਅਧਿਆਪਿਕਾ ਸੰਤੋਸ਼ ਰਾਣੀ ਆਪਣੀ ਇੱਕ ਹੋਰ ਸਾਥੀ ਅਧਿਆਪਿਕਾ ਮਨਜੋਤ ਕੌਰ ਨਾਲ ਪਿੰਡ ਪੰਜਗਰਾਈਆਂ ਵਿਖੇ ਘਰ ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਨ ਲਈ ਪ੍ਰੇਰਿਤ ਕਰ ਰਹੀ ਸੀ। ਇਸ ਦੌਰਾਨ ਜਦੋਂ ਉਹ ਇੱਕ ਘਰ ਵਿੱਚੋਂ ਨਿਕਲ ਕੇ ਗਲੀ ਵਿੱਚ ਜਾ ਰਹੀ ਸੀ ਤਾਂ ਅਚਾਨਕ ਪਿੱਛੋਂ ਆ ਰਹੇ ਇੱਕ ਵਿਅਕਤੀ ਨੇ ਉਸ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸੰਤੋਸ਼ ਰਾਣੀ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਦੂਸਰੀ ਅਧਿਆਪਿਕਾ ਨੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪੰਜਗਰਾਈਆਂ ਵਿਖੇ ਜਿਹੜਾ ਡੋਰ ਟੂ ਡੋਰ ਕੰਪੇਨ ਚੱਲ ਰਹੀ ਸੀ ਦਾਖਲਾ ਵਧਾਉਣ ਵਾਸਤੇ, ਉਹਦੇ ਵਿੱਚ ਵੱਖ ਵੱਖ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਨ। ਇਹ ਅਧਿਆਪਕ ਵੀ ਇੱਕ ਗਲੀ ਦੇ ਵਿੱਚ ਗਏ ਨੇ ਬੱਚਿਆਂ ਨੂੰ ਦਾਖਲਾ ਵਧਾਉਣ ਵਾਸਤੇ, ਪਰ ਇਹਦੇ ਵਿੱਚ ਸਾਡੇ ਪੰਜ ਹਰ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਦੇ ਮੈਥ ਮਿਸਿਸ ਸੰਤੋਸ਼ ਕੁਮਾਰੀ ਜੀ, ਉਹਨਾਂ ਦੇ ਉੱਤੇ ਇੱਕ ਲੜਕਾ ਆਇਆ ਵਾ ਔਰ ਦਾਤਰ ਦੇ ਨਾਲ ਹਮਲਾ ਕਰ ਦਿੱਤਾ ਵਾ, ਔਰ ਇਸ ਵਿੱਚ ਉਹ ਜਿਹੜਾ ਲੜਕਾ ਸੀ ਸਕੂਲ ਸਟਾਫ ਅਤੇ ਪਿੰਡ ਦੇ ਸੂਝਵਾਨ ਲੋਕਾਂ ਵੱਲੋਂ ਫੜ ਕੇ ਉਹ ਪੁਲਿਸ ਨੂੰ 10 ਕਾਲਾਂ ਹੈਡਮਾਸਟਰ ਸਾਹਿਬ ਨੇ ਕੀਤੀਆਂ ਵਾ, ਅਤੇ ਸ਼੍ਰੀ ਬਲਦੇਵ ਸਿੰਘ ਹੋਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਚੁੱਕਿਆ, ਫਿਰ 10 ਕਾਲਾਂ ਪਰ ਜਦੋਂ ਫੋਨ ਚੁੱਕਿਆ ਵਾ ਔਰ ਆਣ ਕੇ ਉਹ ਲੜਕੇ ਨੂੰ ਲੈ ਗਏ ਆ। ਉਹ ਤੋਂ ਬਾਅਦ ਪੁਲਿਸ ਪ੍ਰੋਟੈਕਸ਼ਨ ਕੋਈ ਨਹੀਂ ਦਿੱਤੀ ਗਈ। ਇੱਥੇ ਠੀਕ 3:30 ਵਜੇ ਸਿਵਲ ਹਸਪਤਾਲ ਆਏ ਨੇ, ਮੈਡਮ ਬਹੁਤ ਸੀਰੀਅਸ ਨੇ ਔਰ ਉਹਨਾਂ ਨੂੰ ਹਸਪਤਾਲ ਜਿਹੜਾ ਅੰਮ੍ਰਿਤਸਰ ਸ਼ਿਫਟ ਕਰ ਦਿੱਤਾ ਗਿਆ ਹੈ। ਅੱਜ ਜਿਹੜਾ ਇੱਕ ਹਾਦਸਾ ਹੋਇਆ ਜੀ, ਬਹੁਤ ਹੀ ਦੁਖਦਾਈ ਅਤੇ ਬਹੁਤ ਹੀ ਸ਼ਰਮਨਾਕ ਹਾਦਸਾ ਹੈ, ਜਿਹੜਾ ਕਿ ਸਾਨੂੰ ਵਿਭਾਗ ਵੱਲੋਂ ਡੋਰ ਟੂ ਡੋਰ ਘਰ ਘਰ ਜਾ ਕੇ ਦਾਖਲਾ ਮੁਹਿੰਮ ਬਾਰੇ ਹਦਾਇਤਾਂ ਹੋਈਆਂ ਨੇ, ਉਸੇ ਤਹਿਤ ਸਾਡਾ ਸਟਾਫ ਜਿਹੜਾ ਅਸੀਂ ਘਰ ਤੋਂ ਘਰ ਜਾ ਰਹੇ ਸੀਗੇ ਬੱਚਿਆਂ ਵਾਸਤੇ ਸਰਕਾਰੀ ਸਕੂਲ ਦੀਆਂ ਪ੍ਰਾਪਤੀਆਂ ਦੱਸਣ ਵਾਸਤੇ, ਉਸੇ ਦੌਰਾਨ ਇੱਕ ਕੋਈ ਸਿਰ ਫਿਰੇ ਬੇਵਕੂਫ ਲੜਕੇ ਨੇ ਮੈਡਮ ਹੋਰਾਂ ਦੇ ਮੈਡਮ ਸੰਤੋਸ਼ ਰਾਣੀ ਜੀ ਜਿਹੜੇ ਕਿ ਮੈਥ ਮਿਸਟਰਸ ਨੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦੇ ਸਿਰ 'ਤੇ ਦਾਤਰ ਦੇ ਨਾਲ ਬਹੁਤ ਹੀ ਜ਼ਬਰਦਸਤ ਜਿਹੜਾ ਹੈ ਉਹ ਹਮਲਾ ਕੀਤਾ, ਜਿਹਦੇ ਵਿੱਚ ਮੈਡਮ ਨੂੰ ਕਾਫੀ ਗੰਭੀਰ ਸੱਟ ਲੱਗੀ ਹੈ। ਔਰ ਅਸੀਂ ਪੁਲਿਸ ਦੇ ਵੀ ਥੋੜ੍ਹਾ ਜਿਹਾ ਇਸ ਬਾਰੇ ਰੋਸ ਹੈ ਸਾਡਾ ਕਿ ਪੁਲਿਸ ਨੇ ਬਣਦੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ, ਉਹਨਾਂ ਨੂੰ ਦੱਸਣ ਦੇ ਬਾਵਜੂਦ ਵੀ 1.5 ਘੰਟਾ ਲੇਟ ਜਿਹੜੀ ਉਹ ਸਿਵਲ ਹਸਪਤਾਲ ਪਹੁੰਚੇ ਨੇ ਜਦ, ਔਰ ਉਸ ਸਮੇਂ ਦੌਰਾਨ ਜਿਹੜਾ ਮੈਡਮ ਜੀ ਨੂੰ ਕਿਉਂਕਿ ਹਾਲਤ ਗੰਭੀਰ ਸੀਗੀ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਸੋ ਅਸੀਂ ਚਾਹੁੰਦੇ ਹਾਂ ਵੀ ਦੋਸ਼ੀ ਖਿਲਾਫ਼ ਤਾਂ ਜਿਹੜੀ ਕਾਰਵਾਈ ਹੈ ਸਖ਼ਤ ਤੋਂ ਸਖ਼ਤ ਹੋਣੀ ਚਾਹੀਦੀ ਹੈ, ਪਰ ਜਿਨ੍ਹਾਂ ਨੇ ਇਹਦੇ ਵਿੱਚ ਅਣਗਹਿਲੀ ਵਰਤੀ ਹੈ ਉਹਨਾਂ ਖਿਲਾਫ਼ ਵੀ ਪੁਲਿਸ ਮੁਲਾਜ਼ਮਾਂ ਖਿਲਾਫ਼ ਵੀ ਜਿਹੜੀ ਕਾਰਵਾਈ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਜੀ। ਉੱਧਰ ਅਧਿਆਪਿਕਾ ਤੇ ਇਸ ਹਮਲੇ ਕਾਰਨ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਨੇ SSP ਬਟਾਲਾ ਨੂੰ ਹਮਲਾ ਕਰਨ ਵਾਲੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ ਇਸ ਸੰਬੰਧੀ ਸੂਚਨਾ ਮਿਲਣ 'ਤੇ ਥਾਣਾ ਰੰਗੜ ਨੰਗਲ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਹਮਲਾ ਕਰਨ ਵਾਲਾ ਨੌਜਵਾਨ 4-5 ਸਾਲ ਪਹਿਲਾਂ ਇਸੇ ਸਕੂਲ ਵਿੱਚੋਂ ਪੜ੍ਹ ਕੇ ਗਿਆ ਸੀ ਅਤੇ ਉਸਦੀ ਪੀੜਤ ਅਧਿਆਪਿਕਾ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਕਰਕੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਨੇ ਕਿਹਾ ਕਿ ਜ਼ਖਮੀ ਅਧਿਆਪਿਕਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੈਡਮ ਸੰਤੋਸ਼ ਕੁਮਾਰੀ, ਜੋ ਕਿ ਸਰਕਾਰੀ ਹਾਈ ਸਕੂਲ ਬਟਾਲਾ ਵਿੱਚ ਟੀਚਰ ਨੌਕਰੀ ਕਰਦੇ, ਪੰਜਗਰੀਆਂ ਟੀਚਰ ਨੌਕਰੀ ਕਰਦੇ, ਇੱਕ ਸਕੂਲ ਦਾ ਸਾਬਕਾ ਵਿਦਿਆਰਥੀ ਜੋ ਕਿ 4-5 ਸਾਲ ਤੋਂ ਪਹਿਲਾਂ ਮੈਟ੍ਰਿਕ ਪਾਸ ਕੀਤੀ ਸੀ, ਉਹਦੇ ਦੱਸਣ ਮੁਤਾਬਕ ਵੀ ਮੈਨੂੰ ਮੈਡਮ ਨੇ ਕਿਹਨੂੰ ਕੁੱਟਿਆ ਮਾਰਿਆ ਕਿਤੇ 4-5 ਸਾਲ ਪਹਿਲਾਂ, ਉਹਦੇ ਮਨ ਵਿੱਚ ਕੋਈ ਰੰਗ ਸੀ, ਉਹਦੀ ਵਜ੍ਹਾ ਕਰਕੇ ਕਹਿੰਦਾ ਭੱਜ ਆਉਂਦੇ ਸੱਟ ਅੱਗੇ, ਤਾਂ ਮੈਡਮ ਆਪਣੇ ਸਕੂਲ ਤੋਂ ਚੱਲ ਪਏ ਆ ਅਤੇ ਗਲੀ ਦੇ 'ਚ ਆਉਂਦੇ ਹੋਏ ਉਹਨਾਂ ਨੇ ਸੱਟ ਕੋਈ ਮੁੰਡੇ ਨੂੰ ਲਾਈ, ਉਹ ਲੜਕਾ ਅਰੈਸਟ ਕਰ ਲਿਆ। ਉਸ ਤੋਂ ਬਾਅਦ ਮੈਡਮ ਜੀ ਇੱਥੇ ਆਏ ਆ, ਅਰੈਸਟ ਕਰਕੇ ਉਸ ਤੋਂ ਬਾਅਦ ਇੱਥੇ ਆਏ, ਐਮਰਜੈਂਸੀ ਭੇਜੇ ਆ, ਅਸੀਂ ਬਟਾਲੇ ਸਿਵਲ ਹਸਪਤਾਲ ਉਹਨੇ ਇਹਨਾਂ ਰੈਫਰ ਅੰਮ੍ਰਿਤਸਰ ਕਰਤਾ, ਅਸੀਂ ਅੰਮ੍ਰਿਤਸਰ ਜਾ ਰਹੇ ਹਾਂ। MLR ਕੰਟੈਕਟ ਹੋਣ 'ਤੇ ਜੋ ਵੀ ਕਾਰਵਾਈ ਬਣਦੀ ਆ
ਹਮਲੇ ਚ ਲੈਂਦੀ ਜਾਊਗੀ। ਚੰਡੀਗੜ੍ਹ ਤੋਂ ਪੀਬੀਸੀ ਨਿਊਜ਼ ਲਈ ਬਿਊਰੋ ਰਿਪੋਰਟ। ਇਹਨਾਂ ਖਬਰਾਂ ਦੇ ਪ੍ਰਯੋਜਕ ਹਨ ਗਿਲਕੋ ਗਰੁੱਪ ਮੋਹਾਲੀ, ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ।